ਸਰ ਇਸ ਦੇ ਵਿੱਚ ਇਹ ਵੀ ਹੈ ਕਿ ਜਿਵੇਂ ਇਹ ਐਕਸਪੋਜ਼ ਹੋ ਗਿਆ ਸਾਰਾ, ਕੋਰਟ ਨੇ ਨਹੀਂ ਵੀ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਜਾਂ ਉਹ ਕੋਰਟ ਦੇ ਜੱਜਮੈਂਟ 'ਤੇ ਡਿਪੈਂਡ ਕਰਦਾ, ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਇਹ ਅੱਗ ਲੱਗੀ ਹੋਈ ਆ ਉੱਥੋਂ ਦਿੱਲੀ ਤੋਂ ਪੰਜਾਬ 'ਚ ਵੀ ਆ ਸਕਦੀ ਹੈ, ਪੰਜਾਬ ਵਾਲਿਆਂ ਨੂੰ ਕੀ ਖਤਰਾ ਹੋ ਸਕਦਾ ਫਿਰ ਉਹਨਾਂ ਦੀ ਪਾਰਟੀ ਵੀ? ਦੇਖੋ ਜਿਹੜੀ ਪੰਜਾਬ ਵਾਲੀ, ਬੜਾ ਸੋਹਣਾ ਸਵਾਲ ਹੈ ਤੁਹਾਡਾ, ਬਹੁਤ ਅੱਛਾ ਸਵਾਲ ਹੈ, ਕਿਉਂਕਿ ਦੇਖੋ ਜਿਹੜੀ ਪੰਜਾਬ ਨੇ ਪਾਲਿਸੀ ਅਡਾਪਟ ਕੀਤੀ ਹੈ ਨਾ ਉਹ ਦਿੱਲੀ ਵਾਲੀ ਹੈ, ਜਿਹੜੀ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਚੀਫ ਮਿਨਿਸਟਰ ਦੀ ਬੇਟੀ ਨੂੰ ਕੀਤਾ, ਕਵਿਤਾ ਨੂੰ ਅਰੈਸਟ, ਜਿਹੜੀ MLC ਵੀ ਹੈ, ਉਹਦੀ ਅਰੈਸਟ ਦਾ ਕਾਰਨ ਇਹ ਹੈ ਕਿ ਜਿਹੜਾ ਸਾਊਥ ਵਾਲੇ ਠੇਕੇਦਾਰਾਂ ਨੂੰ ਦਿੱਲੀ 'ਚ ਠੇਕੇ ਦਿੱਤੇ ਗਏ ਉਹਦੇ ਵਿੱਚੋਂ ਵੀ ਉਹਨੇ ਕੋਈ ਲਈ ਹੈ, ਦੋਸ਼ ਹੈ ਉਹਦੇ 'ਤੇ ਵੀ ਉਹਨੇ ਇਹਦੀ ਕਮਿਸ਼ਨ ਲਈ ਹੈ, ਪੈਸੇ ਲਏ ਨੇ, ਤੋ ਇਸੇ ਕਰਕੇ ਤੋ ਜਿਹੜੇ ਸਾਊਥ ਵਾਲੇ ਗਰੁੱਪ ਹੈ ਠੇਕੇਦਾਰਾਂ ਦਾ, ਹੋਲਸੇਲਰਾਂ ਦਾ, ਉਹਨੂੰ ਪੰਜਾਬ 'ਚ ਵੀ ਦਿੱਤਾ ਗਿਆ ਬਿਜ਼ਨਸ। ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਮੀਟਿੰਗਾਂ ਹੋਈਆਂ, ਮਨੀਸ਼ ਸਿਸੋਦੀਆ ਜੋ ਡਿਪਟੀ ਚੀਫ ਮਿਨਿਸਟਰ ਸੀਗੇ ਅਤੇ ਦਿੱਲੀ ਦੇ ਐਕਸਾਈਜ਼ ਮਿਨਿਸਟਰ ਸੀਗੇ, ਸਾਡੇ ਅਫਸਰ ਵੀ ਗਏ, ਅਫਸਰ ਵੀ ਗਏ ਸੀਗੇ ਜੀ, ਤੋ ਉੱਥੇ ਮੀਟਿੰਗਾਂ ਹੋਈਆਂ, ਸਾਡਾ ਮਿਨਿਸਟਰ ਵੀ ਗਿਆ, ਚੀਮਾ ਜੀ ਵੀ ਸੀਗੇ, ਹਾਂਜੀ ਚੀਮਾ ਸਾਹਿਬ ਵੀ ਗਏ, ਮਿਨਿਸਟਰ ਸਾਹਿਬ ਰਾਘਵ ਚੱਡਾ, ਇਹ ਸਾਰੇ। ਇਹ ਹੁਣ ਇਹ ਦੇਖਿਆ ਜਾਂਦਾ ਹੈ ਕਿ ED ਆਲਰੇਡੀ ਪੰਜਾਬ ਵਿੱਚ ਛਾਪੇ ਮਾਰ ਚੁੱਕੀ ਹੈ, ਐਕਸਾਈਜ਼ ਡਿਪਾਰਟਮੈਂਟ ਦੇ ਅਫਸਰਾਂ ਦੇ ਘਰਾਂ ਦੇ ਵੀ ਅਤੇ ਦਫ਼ਤਰਾਂ 'ਚੋਂ ਵੀ ਲੈ ਗਈ ਹੈ ਰਿਕਾਰਡ, ਔਰ ਜਿਹੜੇ ਐਕਸਾਈਜ਼ ਡਿਪਾਰਟਮੈਂਟ ਦੇ ਅਫਸਰ ਹੈ ਅਤੇ ਜਿਹੜੇ ਬਿਊਰੋਕਰੇਟ ਹੈ, ਯਾਨੀ ਜਿਵੇਂ ਕਹੀਏ ਐਕਸਾਈਜ਼ ਕਮਿਸ਼ਨਰ ਹੈ ਜਾਂ ਸੈਕਟਰੀ ਐਕਸਾਈਜ਼ ਪ੍ਰਿੰਸੀਪਲ ਸੈਕਟਰੀ, ਉਹਨਾਂ ਨੇ ਕੀ ਸਟੇਟਮੈਂਟਾਂ ਰਿਕਾਰਡ ਕਰਾਈਆਂ, ਇਹ ਹਲੇ ਕਿਸੇ ਨੂੰ ਕੁਛ ਨਹੀਂ ਪਤਾ। ਅਤੇ ਜੇਕਰ ਉਹ ਇੱਧਰ ਆਏਗੀ, ਉਹਨਾਂ ਨੇ ਸਾਰਾ ਕੇਸ ਤਿਆਰ ਕੀਤਾ ਹੋਇਆ ਪੰਜਾਬ ਦਾ ਵੀ, ਉਹਨਾਂ ਨੇ ਕਾਫੀ ਕੀਤੇ, ਉਹਨਾਂ ਨੇ ਕਈ ਡਿਸਟ੍ਰਿਕਾਂ 'ਚ ਵੀ ਛਾਪੇ ਮਾਰੇ ਨੇ, ਕਈ ਸ਼ਹਿਰਾਂ 'ਚ ਵੀ, ਉੱਥੋਂ ਵੀ ਉਹਨਾਂ ਨੇ ਰਿਕਾਰਡ ਇਕੱਠੇ ਕੀਤੇ ਨੇ, ਕਿਉਂਕਿ ED ਜਿਹੜੀ ਹੈ ਉਹ ਬੜੇ ਸਿਸਟਮੈਟਿਕ ਢੰਗ ਨਾਲ ਆਮ ਆਦਮੀ ਪਾਰਟੀ ਪਿੱਛੇ ਪਈ ਹੈ। ਆਮ ਆਦਮੀ ਪਾਰਟੀ ਦੀਆਂ ਦੋ ਸਰਕਾਰਾਂ ਨੇ, ਇੱਕ ਦਿੱਲੀ ਸਰਕਾਰ ਹੈ, ਇੱਕ ਪੰਜਾਬ ਸਰਕਾਰ ਹੈ, ਤੋ ਇਹ ਦੋ ਸਰਕਾਰਾਂ ਨੂੰ ਉਹਨਾਂ ਨੇ ਤਹਿਸ ਨਹਿਸ ਕਰਨ ਲਈ ED ਦੀ ਮਦਦ ਹੈ ਕਿ ED ਪੰਜਾਬ ਵਿੱਚ ਕਿਸ ਹੱਦ ਤੱਕ ਜਾਂਦੀ ਹੈ ਇਹ ਸਮਾਂ ਦੱਸੇਗਾ। ਇਹਦੇ 'ਤੇ ਅਸੀਂ ਵੱਖਰੀ ਵੀਡੀਓ ਬਣਾ ਸਕਦੇ ਹਾਂ ਕਿ ਪੰਜਾਬ ਨਾਲ ਕੀ ਵਾਪਰੇਗਾ ED ਵੱਲੋਂ, ਕਿਉਂਕਿ ED ਹਲੇ ਤਾਂ ਉਹਦੇ ਸਿੰਘ ਫਸੇ ਹੋਏ ਕੇਜਰੀਵਾਲ ਵਾਲੇ ਕੇਸ, ਜਿੰਨੀ ਦੇਰ ਕੇਜਰੀਵਾਲ ਦੇ ਇਹ ਜਿਹੜਾ ਉਹਨਾਂ ਨੂੰ ਰਿਮਾਂਡ ਮਿਲਿਆ ਹੋਇਆ ਅਤੇ ਉਹ 6 ਦਿਨ ਦਾ ਉਹ ਰਿਮਾਂਡ ਖਤਮ ਹੋਏਗਾ, ਫਿਰ ਉਹ ਫਿਰ ਰਿਮਾਂਡ ਮੰਗਣਗੇ ਜਾਂ ਉਹ ਜ਼ਮਾਨਤ ਲਈ ਉਹਨਾਂ ਨੇ ਹਾਈਕੋਰਟ 'ਚ ਅਪਲਾਈ ਕੀਤਾ, ਉੱਥੋਂ ਰਿਜੈਕਟ ਹੁੰਦੀ ਹੈ, ਅਸੈਪਟ ਹੁੰਦੀ ਹੈ, ਕਿਉਂਕਿ ਇਹ ਜਿਹੜੇ ਰੇਹੜੀ ਵਾਲੇ ਤੱਥ ਸਾਹਮਣੇ ਆਏ ਨੇ ਇਹਨਾਂ ਨੂੰ ਹਾਈਕੋਰਟ, ਦਿੱਲੀ ਹਾਈਕੋਰਟ ਨੂੰ ਕੰਸਿਡਰ ਕਰਨਾ ਪਏਗਾ। ਇਹਦੇ 'ਤੇ ਇਗਨੋਰ ਨਹੀਂ ਕੀਤੇ ਜਾਂਦੇ, ਬੜੇ ਸੀਰੀਅਸ ਐਲੀਗੇਸ਼ਨ ਵਾਲੇ ਇਹ ਹੈਗੇ ਨੇ। ਇਸ ਤੋਂ ਬਾਅਦ ਉਹ ਜਾਣਗੇ ਜੇ ਇੱਥੇ ਹਾਈਕੋਰਟ 'ਚੋਂ ਨਿਆਂ ਨਾ ਮਿਲਿਆ ਜ਼ਮਾਨਤ ਦਾ, ਅਤੇ ਫਿਰ ਉਹ ਜਾਣਗੇ ਸੁਪਰੀਮ ਕੋਰਟ, ਤੋ ਸੁਪਰੀਮ ਕੋਰਟ ਦਾ ਬੈਂਚ ਜਿਹੜਾ ਵੱਡਾ ਬੈਂਚ ਹੋਏਗਾ, 3 ਜੱਜਾਂ ਦੀ ਪੀਠ ਹੋਏਗੀ, ਉਹ ਚੰਦਰਚੂੜ ਜੀ ਆਪ ਸੁਣਦੇ ਚੀਫ ਜਸਟਿਸ ਆਫ ਇੰਡੀਆ ਜਾਂ ਉਹ ਜਿਹੜੇ ਬੈਂਚ ਨੂੰ ਹੁਣ ਉਹਨਾਂ ਨੇ ਰੈਫਰ ਕੀਤਾ ਸੀ ਉਹਦੇ ਕੋਲ ਭੇਜਦੇ, ਜਿੱਥੇ ਕਿ ਜ਼ਮਾਨਤ ਲਈ ਇਹਨਾਂ ਨੇ ਬੈਂਚ ਬਣਾਇਆ ਸੀ, ਪਰ ਕੇਜਰੀਵਾਲ ਦੇ ਜਿਹੜੇ
ਕਾਨੂੰਨਦਾਨ ਸੀ, ਉਹਨਾਂ ਨੇ ਸੋਚਿਆ ਵੀ ਜੇ ਇੱਥੋਂ ਹੀ ਰਿਜੈਕਟ ਹੋ ਗਈ ਸਾਡੀ ਤਾਂ ਫਿਰ ਪੱਕੀ ਮੋਹਰ ਲੱਗ ਜਾਏਗੀ ਅਤੇ ਆਮ ਉਹ ਜਿਹੜੀ ED ਕਹੇਗੀ ਵੀ ਸਾਡਾ ਤਾਂ ਪ੍ਰੂਵ ਹੋ ਗਿਆ ਕਿ ਵੀ ਇਹਨੇ ਏਰਾ ਫੇਰੀ ਵਿੱਚ ਇਨਵੋਲਵਡ ਹੈ। ਸੋ ਇਸ ਲਈ ਇਹ ਤਾਂ ਹੁਣ ਕੇਸ ਹਾਈ ਕੋਰਟ ਵਿੱਚ ਜਦੋਂ ਉਹਨਾਂ ਦੀ ਜ਼ਮਾਨਤ ਦੀ ਅਪੀਲ ਅਸੈਪਟ ਹੁੰਦੀ ਹੈ, ਰਿਜੈਕਟ ਹੁੰਦੀ ਹੈ, ਇਹ ਤਾਂ ਕਾਨੂੰਨਦਾਨਾਂ ਦੀ ਬਹਿਸ ਤੋਂ ਬਾਅਦ ਪਤਾ ਲੱਗੇਗਾ ਕੋਰਟ ਕੀ ਵਿਊ ਬਣਾਉਂਦੀ ਹੈ। ਅਤੇ ਜੇ ਫਿਰ ਉਹ ਸੁਪਰੀਮ ਕੋਰਟ ਆਉਂਦਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਲਈ, ਕੇਜਰੀਵਾਲ ਲਈ ਆਉਣ ਵਾਲੇ ਦਿਨ ਕੋਈ ਹੋਰ ਔਖੇ ਵੀ ਹੋ ਸਕਦੇ। ਜੀ ਬਿਲਕੁਲ, ਬਹੁਤ ਸ਼ੁਕਰੀਆ। ਤਾਂ ਇਹ ਚਰਚਾ ਸੀਗੀ ਬੜੀ ਗਹਿਰਾਈ ਦੀ, ਕਿਉਂਕਿ ਸਰ ਨੇ ਵੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅੰਤ ਤੱਕ ਜ਼ਰੂਰ ਸੁਣਿਓ, ਕਿਉਂਕਿ ਇਸਦਾ ਸਿੱਟਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਿਕਲੇਗਾ। ਆਮ ਆਦਮੀ ਪਾਰਟੀ ਨੂੰ ਬਿਲਕੁਲ ਖਾਰਜ ਕੀਤਾ ਜਾ ਸਕਦਾ ਹੈ, ਕਿਉਂਕਿ ਜੇ ਇਹ ਕੋਰਟਾਂ ਦੇ ਵਿੱਚ ਫੈਸਲੇ ਚੱਲਦੇ ਨੇ ਕਿ ਕੋਰਟ ਵੀ ਇਸ ਚੀਜ਼ ਨੂੰ ਦੇਖੇਗਾ ਕਿ ਉਹ ਸੋਚੇਗਾ ਕਿ ਨਹੀਂ ਪਾਰਟੀ ਖਤਮ ਨਹੀਂ ਹੋਣੀ ਚਾਹੀਦੀ, ਜਾਂ ਫਿਰ ਇਸ ਦੇ ਵਿੱਚ ਬੁਰੇ ਫਸਦੇ ਜਾਣਗੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਕਲੀਅਰ ਹੋਏਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ। ਕੈਮਰਾ ਸਹਿਯੋਗ ਦੀ ਜਗਮੀਤ, ਧੰਨਵਾਦ।